आसरा फाउंडेशन ब्रेटा दे वल्लों गुरद्वारा साहिब भाई कन्हैया जी विखे फ्री मैडिकल कैंप लगाया गया, जिथे जरूरतमंद लोगों को फ्री दवाइया दित्तियां गईयां, उन्हां दा चैकअप किया गया। जिक्रयोग है कि वख-वख पिंडों तो पहुंचे लोगों ने इत्थे जिथे अपना चैकअप करवाया उत्थे ही फ्री दवाइया भी हासिल कीतियां। दूसरे पासे फाउंडेशन दे वल्लों एक अंगहीन व्यक्ति नूं ट्राईसाइकल भी मुहैया करवाया गया। ਜ਼ਿਕਰਯੋਗ ਹੈ ਕਿ ਇੱਥੇ ਔਰਤਾਂ ਅਤੇ ਬੱਚਿਆਂ ਦੇ ਮਾਹਰ ਡਾਕਟਰ ਪਹੁੰਚੇ ਹੋਏ ਸਨ। ਇਸ ਤੋਂ ਇਲਾਵਾ ਕੰਨ, ਨੱਕ ਅਤੇ ਗਲੇ ਦੇ ਮਾਹਰ ਡਾਕਟਰ ਵੀ ਪਹੁੰਚੇ ਹੋਏ ਸਨ, ਜਿਨ੍ਹਾਂ ਨੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਲੋਕਾਂ ਦਾ ਚੈੱਕਅਪ ਕੀਤਾ ਅਤੇ ਉਹਨਾਂ ਨੂੰ ਫ੍ਰੀ ਦੇ ਵਿੱਚ ਦਵਾਈਆਂ ਦਿੱਤੀਆਂ। ਸਤਿ ਸ਼੍ਰੀ ਅਕਾਲ ਜੀ, ਅੱਜ ਆਸਰਾ ਫਾਊਂਡੇਸ਼ਨ ਬਰੇਟਾ ਵੱਲੋਂ ਅਤੇ ਡਾਕਟਰ ਰਜਨੀ ਸਿੱਧੂ ਮਾਨਸਾ ਉਹਨਾਂ ਦੇ ਸਹਿਯੋਗ ਦੇ ਨਾਲ ਇੱਕ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਦੇ ਵਿੱਚ ਔਰਤਾਂ ਦੇ ਰੋਗਾਂ ਦੇ ਮਾਹਿਰ, ਬੱਚਿਆਂ ਦੇ ਰੋਗਾਂ ਦੇ ਮਾਹਿਰ, ਅੱਖ, ਕੰਨ, ਗਲਾ, ਨੱਕ ਦੇ ਡਾਕਟਰ ਸਾਹਿਬ ਪਹੁੰਚੇ ਹੋਏ ਹੈ। ਜੇ ਇਸ ਕੈਂਪ ਦੇ ਵਿੱਚ ਜੋ ਦਵਾਈਆਂ ਨੇ ਫ੍ਰੀ, ਸਾਰਾ ਕੁਛ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਹੈ ਅਤੇ ਹੁਣ ਤੱਕ ਦੇ ਲਗਭਗ 150 ਦੀ ਓ ਪੀ ਡੀ ਹੋ ਚੁੱਕੀ ਹੈ। ਤਕਰੀਬਨ 350-400 ਦੇ ਲਗਭਗ ਓ ਪੀ ਡੀ ਹੋਣ ਦੀ ਸੰਭਾਵਨਾ ਹੈ। ਇਲਾਕਾ ਨਿਵਾਸੀ ਬਹੁਤ ਹੁੰਮ ਹਮਾ ਕੇ ਇਸ ਕੈਂਪ ਦਾ ਫਾਇਦਾ ਲੈ ਰਹੇ ਨੇ। ਧੰਨਵਾਦ ਜੀ।